ਜਿਹੜੇ ਆਏ ਨੇ ਉਹਨਾਂ ਦੇ ਯਿਸੂ ਦੇ ਨਾਮ ਦੇ ਵਿੱਚ ਦਿਆ ਕੀਤੀ ਜਾਏ। ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰੇ, ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਪਵਿੱਤਰ ਕਰੇ, ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਛੁਟਕਾਰਾ ਦੇ, ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਚੰਗਾ ਕਰੇ, ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਬੰਧਨਾਂ ਤੋਂ ਆਜ਼ਾਦੀ ਦੇਵੇ, ਪ੍ਰਭੂ ਯਿਸੂ ਮਸੀਹ ਦਾ ਲਹੂ ਉਹਨਾਂ ਦੇ ਜੀਵਨ ਨੂੰ ਚਮਤਕਾਰ ਕਰੇ, ਔਰ ਨਾਮ ਦੇ ਸਮਰਥਨ ਵਿੱਚ ਸ਼ੂਰੇ ਉਹ ਲੋਕ ਆਪਣੇ ਪਾਪਾਂ ਤੋਂ ਤੋਬਾ ਕਰਨ, ਇਹਦਾ ਪੁੱਤਰ ਬਹੁਤ ਰਾਤ ਨੂੰ ਰਾਹ ਵਿੱਚ ਪਾਣੀ ਵਿੱਚ ਡੁੱਬੀ ਬਸਮਾ ਪਾਣ, ਔਰ ਨਾਮ ਮੇਰਾ ਪਾ ਜਾਣ, ਇਹ ਤਾਂ ਦੋ ਦੀ ਆਸ਼ਿਸ਼ ਪਾਣ, ਬੱਚਾ ਦੀ ਆਸ਼ਿਸ਼ ਪਾਣ, ਸਭ ਦੀ ਆਸ਼ਿਸ਼ ਪਾਣ, ਸਕੀਆਂ ਦੇ ਜਾਣ ਜਿਹੜਾ ਬਾਹਰ ਜਾਂਦਾ ਸਰਸਰ ਵੀ ਅਲਗਾ ਬਣਾਉਣਾ ਬਸ ਬੋਲਣਾ ਉਹਨਾਂ ਦਾ ਰਸਤਾ ਖੋਲ ਚਾਣ, ਉਹ ਜਿਹਨਾਂ ਦੇ ਕਮਰੇ ਦਰਬਾਰ ਦਾ ਲਿਖਾਟਾ ਦੂਰ ਹੋ ਜਾਣ, ਉਹ ਜਿਹਨਾਂ ਦੀ ਤਰੱਕੀ ਦੇ ਦਰਬਾਰ ਦਾ ਤਰੱਕੀਆਂ ਬੰਦ ਛੁੱਟ ਜਾਣ, ਉਹ ਤੇ ਤਰੱਕੀ ਹੋ ਜਾਏ, ਕੱਚੀਆਂ ਨੌਕਰੀਆਂ ਪੱਕੀਆਂ ਹੋ ਜਾਣ, ਕਚਹਿਰੀ ਦੇ ਚੱਲ ਰਹੇ ਕੇਸ ਜਿਹੜਿਆ ਉਹ ਹੱਲ ਕੀਤੇ ਜਾਣ, ਵਿਆਹਾਂ ਨੂੰ ਸ਼ਾਂਤੀ ਹੋ ਜਾਏ, ਲੜਾਈ ਝਗੜੇ ਖਤਮ ਹੋ ਜਾਣ, ਪਤੀ ਦੇ ਪਤਨੀ ਦਾ ਮਿਲਾਪ ਹੋ ਜਾਏ, ਬੱਚੇ ਆਗਿਆ ਨਾਲ ਹੋ ਜਾਣ, ਘਰ ਵਿੱਚ ਨਸ਼ਾ ਖਤਮ ਹੋ ਜਾਏ, ਘਰ ਚ ਬੇਦੀ ਖਤਮ ਹੋ ਜਾਏ, ਬਿਮਾਰੀ ਖਤਮ ਹੋ ਜਾਣ, ਪਰਮੇਸ਼ਰ ਦੀ ਸ਼ਾਂਤੀ ਆਏ, ਔਰ ਰਾਤ ਵੇਲੇ ਕੰਮ ਹੋਏ। ਹਾਲੇਲੂਯਾ ਫਿਰ ਹਮ ਰੱਬ ਬੋਲੀ।